वाहिगुरु जी का खालसा वाहिगुरु जी की फतेह। अज की प्रेस कॉन्फ्रेंस का मुख मुद्दा श्रोमणी गुरद्वारा प्रबंधक कमेटी दियां वोटां बनाउण दी शुरू होई प्रक्रिया बारे आ। ते इहदे वास्ते असीं पूरे सिखां नूं पंथक जथेबंदियां जिहड़ियां पंथ नूं समर्पित ने उहनां नूं असीं अपील करने आ कि हर योग सिख वोटर दी वोट बाणी यकीनी बनाई जाए ते जिहड़े अयोग वोटर ने उहनां दी वोट बाण तों उहनां नूं रोकिया जाए। ये जिहड़ी प्रक्रिया दा अमल आ ये 21 अक्तूबर तों शुरू हो चुका ते 15 नवंबर तक जिहड़े आ वोटर बन वास्ते फार्म भर के जमा कराने पैने। जिहड़ा पेंडू इलाका उन्होंने पटवारी कोल ते जिहड़ा शहरी इलाका वा उन्होंने म्यूनसिपल कमेटी दे कोल जमा कराने। ते ये भी सानू पता लगा कि जिहड़ी शहरी इलाका वा उत्थे हर वोटर नूं जे होर कोई उहदे विच तब्दीली ना होए ते वह आप जाके वोट बनाउणी पैणी आ आप अपना फार्म ला के। उहदे विच जरूरी है कि वोटर दी ताज़ा फोटो ते आधार कार्ड वह नाल ला के जाना पैना। तो पटवारियां दे कोल जिहड़े आ पेंडू इलाके उन्होंने अपना 19 तरीक तक 15 नवंबर तक फार्म जमा कराने। उस तो फिर अगे 16 नवंबर तो लैके 15 नवंबर तक जमा कराने 16 नवंबर तो लैके तो 4 दसंबर तक फिर उहदी जिहड़ी आ पहली सूची जिहड़ी आ उहदा प्रिंट जिहड़ा वा उह कढ के ते जनतक कर देणगे। ਉਹ ਫਿਰ 5 ਦਸੰਬਰ ਨੂੰ ਜਿਹੜਾ ਡਿਪਟੀ ਕਮਿਸ਼ਨਰ ਆ ਜ਼ਿਲ੍ਹੇ ਦਾ ਉਹ ਸੂਚੀ ਨੂੰ ਜਾਰੀ ਕਰ ਦੇਗਾ ਅਤੇ ਉਹਦੇ ਉੱਤੇ ਫਿਰ ਜਦੋਂ 5 ਦਸੰਬਰ ਨੂੰ ਉਹ ਸੂਚੀ ਜਿਹੜੀ ਆ ਲੋਕਾਂ ਵਾਸਤੇ ਜਨਤਕ ਹੋ ਜਾਏ ਫਿਰ ਉਹਦੇ ਉੱਤੇ 26 ਦਸੰਬਰ ਤੱਕ 26 ਦਸੰਬਰ ਤੱਕ ਉਹਦੇ ਉੱਤੇ ਜਿਹੜੇ ਕਲੇਮ ਨੇ ਭਾਵ ਜਿਹੜੇ ਵੋਟਰ ਰਹਿ ਗਏ ਨੇ ਉਹ ਆਪਣਾ ਨਾਂ ਦਰਜ ਕਰਾ ਸਕਦੇ ਨੇ ਵੋਟਰ ਸੂਚੀ ਨੂੰ ਵੇਖ ਕੇ ਕਿਉਂਕਿ ਕਈਆਂ ਨੇ ਕਟਾਉਣ ਦਾ ਯਤਨ ਕਰਨਾ ਅਤੇ ਜਿਹੜੇ ਗਲਤ ਵੋਟਰ ਬਣ ਗਏ ਨੇ ਉਹਦੇ ਉੱਤੇ ਉਹ ਓਬਜੈਕਸ਼ਨ ਲਾ ਸਕਦੇ ਆ ਕਿ ਇਹ ਵੋਟਰ ਜਿਹੜਾ ਵਾ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਦਾ ਵੋਟਰ ਬਣਨ ਵਾਸਤੇ ਅਯੋਗ ਆ ਯੋਗ ਨਹੀਂ ਇਹਦੀ ਵੋਟ ਕੱਟੀ ਜਾਵੇ। ਉਹ ਇਹ ਜਿਹੜੀ ਪ੍ਰਕਿਰਿਆ ਵਾ ਉਹ ਚੱਲੇਗੀ 26 ਦਸੰਬਰ ਤੱਕ। ਫਿਰ 4 ਜਨਵਰੀ ਨੂੰ ਜਿਹੜੀ ਆ ਉਹਦੇ ਉੱਤੇ ਜਿਹੜੇ ਓਬਜੈਕਸ਼ਨ ਅਤੇ ਕਲੇਮ ਨੇ ਉਹਨਾਂ ਦੀ ਪੜਤਾਲ ਹੋਵੇਗੀ ਅਤੇ 15 ਜਨਵਰੀ 2024 ਨੂੰ ਉਹ ਜਿਹੜੀ ਆ ਸੂਚੀ ਜਿਹੜੀ ਆ ਉਹ ਛਾਪ ਦਿੱਤੀ ਜਾਵੇਗੀ ਅਤੇ 16 ਦਸੰਬਰ ਨੂੰ ਫਾਈਨਲ ਲਿਸਟ ਆ ਜਿਹੜੀ ਉਹ ਜਾਰੀ ਕਰ ਦਿੱਤੀ ਜਾਵੇਗੀ। ਬੇਸ਼ੱਕ ਇਸ ਪ੍ਰਕਿਰਿਆ ਦਾ ਹੀ ਇੱਕ ਹਿੱਸਾ ਵਾ ਕਿ ਹੋਰ ਟਾਈਮ ਦਿੱਤਾ ਜਾਂਦਾ ਵਾ ਹਰ ਵਾਰੀ ਕਿ 19 ਤਰੀਕ ਵਧਾ ਦਿੱਤੀ ਗਈ, ਪਰ ਹਰ ਸਿੱਖ ਨੂੰ ਜਿਹੜਾ ਵੋਟਰ ਬਣਨ ਦੇ ਯੋਗ ਆ ਉਹਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਮੈਂ ਵੋਟ ਜਿਹੜੀ ਆ ਉਹ 15 ਨਵੰਬਰ ਤੱਕ ਹੀ ਬਣਾ ਸਕਦਾ ਵਾਂ ਅਤੇ ਉਹ ਬਣਾ ਲਏ। ਉਹਦੇ ਵਾਸਤੇ ਜਿਹੜੇ ਪੰਥਕ ਧਿਰਾਂ ਨੇ ਉਹਨਾਂ ਨੂੰ ਲੋਕਾਂ ਤੱਕ ਸਿੱਖਾਂ ਤੱਕ ਪਿੰਡ ਪੱਧਰ ਦੇ ਉੱਤੇ ਅਪਰੋਚ ਕਰਨੀ ਚਾਹੀਦੀ ਆ। 50 ਪੈਸੇ ਦਾ ਫਾਰਮ ਜਿਹੜਾ ਵਾ ਉਹ ਦੁਕਾਨਾਂ ਤੋਂ ਵੀ ਮਿਲ ਸਕਦਾ ਵਾ ਅਤੇ ਜੇ ਕਿਸੇ ਹੋਰ ਜਥੇਬੰਦੀ ਜੇ ਵੰਡਦੀ ਆ ਤਾਂ ਉਹਦੇ ਕੋਲ ਵੀ ਲੈ ਲਿਆ ਜਾਏ। ਇਹ ਤਾਂ ਹੋ ਗਈ ਜਿਹੜੀ ਵੋਟਰ ਬਣਨ ਦੀ ਪ੍ਰਕਿਰਿਆ ਵੀ ਕਿੰਨਾ ਚਿਰ ਚੱਲਣੀ ਆ। ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ ਵਾ ਅਤੇ ਇਹਦਾ ਪ੍ਰਬੰਧ ਪੰਥ ਨੂੰ ਸਮਰਪਿਤ ਯੋਗ ਸਿੱਖਾਂ ਦੇ ਕੋਲ ਹੀ ਹੋਣਾ ਚਾਹੀਦਾ ਵਾ। ਪਿਛਲੇ ਅਰਸੇ ਦੇ ਦੌਰਾਨ ਜਿਸ ਤਰ੍ਹਾਂ ਇੱਕ ਪਰਿਵਾਰ ਨੇ ਇੱਕ ਪਾਰਟੀ ਨੇ ਇਸ ਸੰਸਥਾ ਉੱਤੇ ਸਿੱਖਾਂ ਦੀ ਸੰਸਥਾ ਉੱਤੇ ਆਪਣਾ ਕਬਜ਼ਾ ਜਮਾ ਕੇ ਉਹਦਾ ਜਲੂਸ ਕੱਢਿਆ ਵਾ
ਦੁਆਲਾ ਕੱਢਿਆ ਵਾ ਉਹਨੂੰ ਰੋਕਣ ਵਾਸਤੇ ਜਿਹੜੀ ਗੁਰਮਤ ਦੀ ਸਿਲੈਕਸ਼ਨ ਪ੍ਰਣਾਲੀ ਆ ਅਤੇ ਸੰਗਤੀ ਪ੍ਰਣਾਲੀ ਆ ਉਹਦੇ ਅਨੁਸਾਰ ਜਿਹੜਾ ਵਾ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਆ। ਸਰਬਸੰਮਤੀ ਦੇ ਤਰੀਕੇ ਦੇ ਨਾਲ ਵੀ ਚੋਣ ਕੀਤੀ ਜਾ ਸਕਦੀ ਹੈ। ਜਿੰਨੀਆਂ ਪੰਥਕ ਧਿਰਾਂ ਨੇ ਜਿਹੜੀਆਂ ਇਹ ਮੰਨਦੀਆਂ ਨੇ ਕਿ ਬਾਦਲ ਦਲ ਨੇ ਪੰਥ ਨਾਲ ਧਰੋਹ ਕਮਾਇਆ ਵਾ, ਇਹਤੋਂ ਸ਼੍ਰੋਮਣੀ ਕਮੇਟੀ ਮੁਕਤ ਕਰਵਾਉਣੀ ਆ, ਉਹਨਾਂ ਸਾਰੀਆਂ ਧਿਰਾਂ ਨੂੰ ਪਹਿਲੀ ਗੱਲ ਤਾਂ ਆ ਕਿ ਉਹ ਪਿੰਡ ਪੱਧਰ ਦੇ ਉੱਤੇ ਸਿਲੈਕਸ਼ਨ ਵਿਧੀ ਅਪਣਾ ਕੇ ਯੋਗ ਉਮੀਦਵਾਰਾਂ ਨੂੰ ਸਾਹਮਣੇ ਲਿਆਉਣ, ਅਤੇ ਇਸ ਦੇ ਨਾਲ ਹੀ ਇਹ ਵੀ ਹੋ ਸਕਦਾ ਕਿ ਸਾਰੀਆਂ ਧਿਰਾਂ ਆਪੋ ਆਪਣਾ ਜਿਹੜਾ ਵਾ ਉਹ ਉਮੀਦਵਾਰ ਪੇਸ਼ ਕਰ ਦੇਣ, ਅਤੇ ਜਿਹੜਾ ਉਹਨਾਂ ਵਿੱਚੋਂ ਸੰਗਤ ਪ੍ਰਵਾਨ ਕਰੇ ਉਹਨੂੰ ਉਹ ਜਿਹੜੀਆਂ ਪੰਥਕ ਧਿਰਾਂ ਨੇ ਉਹ ਪ੍ਰਵਾਨਗੀ ਦੇਣ, ਅਤੇ ਇੱਕ ਦੇ ਮੁਕਾਬਲੇ ਇੱਕ ਹੀ ਕੈਂਡੀਡੇਟ ਜਿਹੜਾ ਵਾ ਉਮੀਦਵਾਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਾਸਤੇ ਉਹ ਖੜਾ ਕੀਤਾ ਜਾਵੇ। ਅੱਛਾ, ਇਹ ਉਮੀਦ ਆ ਕੀਤੀ ਜਾਂਦੀ ਆ ਕਿ ਉਹਨਾਂ ਨੇ ਜਿਹੜਾ ਟਾਈਮ ਨਿਸ਼ਚਿਤ ਕੀਤਾ ਨਾ ਫਰਵਰੀ ਤੋਂ ਲੈ ਕੇ ਜੂਨ ਤੱਕ ਚੋਣ ਕਰਾਈ ਜਾਏਗੀ। ਉਹਦਾ ਮਤਲਬ ਕੀ ਆ ਕਿ ਫਰਵਰੀ ਵਿੱਚ ਵੀ ਹੋ ਸਕਦੀ ਆ, ਕਿਉਂ ਉਹ ਜਦੋਂ ਪ੍ਰਕਿਰਿਆ ਵੋਟਾਂ ਬਣਾਉਣ ਦੀ 16 ਜਨਵਰੀ ਨੂੰ ਖਤਮ ਹੋ ਗਈ, ਅਤੇ ਉਸ ਤੋਂ ਬਾਅਦ ਫਿਰ ਚੋਣ ਜ਼ਾਬਤਾ ਲਾਗੂ ਕਰਕੇ ਉਹ ਜਿੰਨੇ ਕੁ 35-40 ਦਿਨ ਦਾ ਚਾਹੇ 45 ਦਿਨ ਦਾ ਜਿਹੜਾ ਟਾਈਮ ਆ ਉਹਦੇ ਵਿੱਚ ਉਹ ਚੋਣ ਕਰਾ ਸਕਦੇ ਆ। ਪਰ ਜੂਨ ਤੱਕ ਉਹਨਾਂ ਨੇ ਕਿਹਾ ਵਾ ਕਿ ਚੋਣ ਕਰਾਈ ਜਾਣੀ ਆ। ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਕਿਸੇ ਵੇਲੇ ਵੀ ਚੋਣ ਹੋ ਸਕਦੀ ਆ, ਔਰ ਇਹ ਪੋਸਟਪੋਨ ਵੀ ਕੀਤੀ ਜਾ ਸਕਦੀ ਆ, ਲਮਕਾਈ ਵੀ ਜਾ ਸਕਦੀ ਆ। ਪਰ ਜਿਹੜੀ ਸਿੱਖਾਂ ਦੀ ਤਿਆਰੀ ਆ ਆਪਣੀ ਇਸ ਸੰਸਥਾ ਨੂੰ ਬਚਾਉਣ ਵਾਸਤੇ, ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਾਉਣ ਵਾਸਤੇ, ਉਹ ਜਿਹੜੇ ਪੰਥਕ ਦਰਦੀ, ਪੰਥਕ ਹੇਤੂ, ਪੰਥ ਨੂੰ ਸਮਰਪਿਤ ਜਥੇਬੰਦੀਆਂ, ਸੰਸਥਾਵਾਂ, ਸੰਪਰਦਾਵਾਂ, ਦਲ ਪੰਥ, ਸ਼ਖਸੀਅਤਾਂ, ਉਹਨਾਂ ਨੂੰ ਆਪਣੀ ਭੂਮਿਕਾ ਜਿਹੜੀ ਆ ਉਹ ਗੁਰਮਤ ਅਨੁਸਾਰੀ ਅਤੇ ਖਾਲਸਾਈ ਸਿਧਾਂਤਾਂ ਅਨੁਸਾਰ ਹੀ ਅਪਣਾਉਣੀ ਚਾਹੀਦੀ ਆ। ਇਹ ਨਹੀਂ ਕਿ ਇੱਕ ਦੇ ਮੁਕਾਬਲੇ ਜ਼ਿਆਦਾ ਕੈਂਡੀਡੇਟ ਹਰ ਪਾਰਟੀ ਖੜਾ ਕਰਦੇ ਆਪਣਾ, ਜਿਵੇਂ ਦਿੱਲੀ ਦੇ ਵਿੱਚ ਪਿਛਲੀ ਇਲੈਕਸ਼ਨ ਦੇ ਵਿੱਚ ਇਹ ਜਿੱਤ ਕੇ ਹਾਰ ਆਏ ਅਤੇ ਉਹ ਹਾਰਿਆ ਜਿਤਾ ਆਏ। ਨਾਲ ਇਹਦੇ 'ਤੇ ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀ ਕਿਸੇ ਪੰਥ ਦੁਸ਼ਮਣ ਤਾਕਤ ਦੇ ਹੱਥ ਵਿੱਚ ਨਾ ਦੇ ਦਿੱਤੀ ਜਾਏ। ਉਹਦੇ ਤੋਂ ਬਚਾਓ ਰੱਖਣਾ ਵੀ ਹਰ ਸਿੱਖ ਦਾ ਅਤੇ ਹਰ ਪੰਥ ਨੂੰ ਸਮਰਪਿਤ ਜਥੇਬੰਦੀ ਦਾ ਮੁੱਖ ਫਰਜ਼ ਬਣਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿ ਇਲੈਕਸ਼ਨ ਸਾਡਾ ਸਿੱਖਾਂ ਦਾ ਤਰੀਕਾ ਨਿਗਾ ਹੈ ਅਗਵਾਈ ਚੁਣਨ ਦਾ, ਸਾਡਾ ਸਿਲੈਕਸ਼ਨ ਆ ਸੰਗਤ ਗੁਣਾਂ ਦੇ ਅਨੁਸਾਰ ਆਗੂ ਚੁਣਦੀ ਹੈ, ਪਰ ਇਸ ਵਕਤ ਅਸੀਂ ਇੱਕ ਗੁਲਾਮੀ ਵਾਲੀ ਅਵਸਥਾ 'ਚ ਹਾਂ, ਸਥਿਤੀ 'ਚ ਹੈ, ਅਤੇ ਸਾਡੇ ਗੁਰੂ ਘਰ ਅਤੇ ਤਖ਼ਤ ਵੀ ਆਜ਼ਾਦ ਨਹੀਂ ਹਨ। ਹੁਣ ਜਦੋਂ ਇਹਨਾਂ ਨੇ ਇਲੈਕਸ਼ਨ ਅਨਾਊਂਸ ਹੀ ਕੀਤੀ ਹੈ ਤਾਂ ਸਾਨੂੰ ਇਹ ਪਿੜ ਬਿਲਕੁਲ ਨਹੀਂ ਖਾਲੀ ਛੱਡਣਾ ਚਾਹੀਦਾ, ਸਾਨੂੰ ਤਕੜੇ ਹੋ ਕੇ ਇਹਦੇ ਵਿੱਚ ਪੰਥ ਨੂੰ ਸ਼ਾਮਿਲ ਹੋਣਾ ਚਾਹੀਦਾ, ਵੋਟਾਂ ਬਣਾਉਣੀਆਂ ਚਾਹੀਦੀਆਂ, ਗਲਤ ਵੋਟਾਂ ਕਟਵਾਉਣੀਆਂ ਚਾਹੀਦੀਆਂ, ਅਤੇ ਜਿੰਨੇ ਵੀ ਪੰਥ ਦਰਦੀ, ਪੰਥ ਸੇਵਕ, ਜਿੰਨੀਆਂ ਵੀ ਜਥੇਬੰਦੀਆਂ, ਸ਼ਖਸੀਅਤਾਂ, ਹੋਰ ਸੰਪਰਦਾਵਾਂ ਜੋ ਵੀ ਇੱਥੇ ਐਕਟਿਵ ਆ, ਉਹਨਾਂ ਨੂੰ ਇਕੱਤਰ ਹੋ ਕੇ ਪੰਥਕ ਜੁਗਤ ਨਾਲ ਕੋਈ ਸਾਂਝੀ ਰਾਏ ਅਪਣਾਉਣੀ ਚਾਹੀਦੀ ਆ ਕਿ ਅਸੀਂ ਇਹਨਾਂ 'ਚ ਕਿਸ ਤਰੀਕੇ ਨਾਲ ਪੰਥਕ ਤਰੀਕੇ ਨਾਲ ਉਮੀਦਵਾਰ ਚੁਣ ਲਈਏ ਕਿ ਜਿਹੜਾ ਇਹਨਾਂ ਚੋਣਾਂ 'ਚ ਇੱਕ ਸਾਂਝਾ ਉਮੀਦਵਾਰ ਸਾਰੇ ਪੰਥ ਵੱਲੋਂ ਹੋਵੇ। ਉਹ ਸਾਨੂੰ ਗੁਰੂ ਨੇ ਰੀਤ ਦਿੱਤੀ ਹੋਈ ਆ ਗੁਰਮਤੇ ਵਾਲੀ ਅਤੇ ਪੰਚ ਪ੍ਰਧਾਨੀ ਵਾਲੀ, ਸਾਨੂੰ ਉਹੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਹਰੇਕ ਇਲਾਕੇ ਨੂੰ ਉੱਥੋਂ ਦੇ ਜਿਹੜੇ ਗੁਰਸਿੱਖਿਆ ਪੰਥ ਅੱਵਲ ਵਾਲੇ ਪੰਥ ਦਰਦੀ ਸ਼ਖਸੀਅਤਾਂ ਇਕੱਠੀਆਂ ਹੋਣ, ਇਕੱਠੇ ਹੋ ਕੇ ਜਿੰਨੇ ਵੀ ਬੰਦੇ, ਜਿੰਨੇ ਵੀ ਗਰੁੱਪ ਲੜਨਾ ਚਾਹੁੰਦੇ ਆ ਉਮੀਦਵਾਰ ਹੋਣ, ਉਹਨਾਂ ਨੂੰ ਵੀ ਨਾਲ ਲੈਣ, ਅਤੇ ਫਿਰ ਜਿਸ ਤਰ੍ਹਾਂ ਸਾਨੂੰ ਇੱਕ ਗੁਰਮਤੇ ਰਾਹੀਂ, ਸਾਖੀ ਰਾਹੀਂ, ਪੰਜ ਪਿਆਰਿਆਂ ਰਾਹੀਂ ਇੱਕ ਆਪਾਂ ਆਪਣਾ ਉਮੀਦਵਾਰ ਫੈਸਲਾ ਲੈਂਦੇ ਹਾਂ ਗੁਰਮਤੇ 'ਚ ਉਮੀਦਵਾਰ 'ਚ ਆਗੂ ਚੁਣਦੇ ਹਾਂ, ਉਸ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾਵੇ। ਮੌਜੂਦਾ ਜਿਹੜੀ ਸਰਕਾਰ ਆ ਉਹਦਾ
मुकाबला असी गुरु दे जो दिखाए हुए राह सिखाए हुए तरीकों नाल ही कर सकते हैं। मौजूदा जो प्रबंध आ इन्हां दी पूरी कोशिश आ कि सिखां दीआं सारीआं संस्थावां सिखां दीआं 13 सिखां दीआं शख्सियतां जिथे भी कोई शाख आ जिथे भी कुछ क्रिएटिव हो रहा जो पंथ नूं बना रहे आ उन्हां नूं खोरा लाया जावे उन्हां नूं कमजोर किया जावे उन्हां नूं वंडिया जावे उन्हां नूं पाड़ो धार की जावे बदनाम किया जावे। वो SGPC चोणां नूं भी इस तरीके नाल वरत रही है। इस तों पहलां आपां देखिए कि दिल्ली वाली एग्जाम्पल लै लीए होर तख्तां दी देख लीए कि किस तरीके नाल हौली हौली सारे अते ओह अपने अनुसारी बंदिआं नूं लियाई जा रहा जिन्हां लई पंथ अव्वल नहीं गए जिन्हां लई ओह खुद अव्वल आ ते ये दुनिया अव्वल आ। इस करके समा बहुत इंपोर्टेंट आ सानू सारिआं नूं सिखां नूं इकट्ठे हो के कुछ गल्लां बहुत जरूरी करनियां चाहीदियां जिहड़ियां वोटां भी जिवें दस्सिया गया कि ये वोटां दूसरियां वोटियां वांग नहीं बणदियां कि किसे कोई आके बनावे तुहानूं आप बनाउणियां पैणियां। ते अज तक इस तरह ने कि जिहड़े बंदे चोणां लड़दे आ जिहड़े धिर लड़दी आ जिहदा SGPC आ उह आप ही अपनियां वोटां बना लैंदे फिर उही वोटां उहनां नूं भुगतदियां नहीं। इस करके तुहानूं आप वोटां सारे सिखां नूं बनाउणियां पैणगियां पार्टियां ते धड़ियां तों उत्ते उठ के ਤਾਂ ਆਪਣੇ ਚੋਂ ਫਿਰ ਉਮੀਦਵਾਰ ਚੁਣਨੇ ਚਾਹੀਦੇ ਆ ਪੰਥਕ ਯੁਕਤ ਨਾਲ ਗੁਰਮਤੇ ਰਾਹੀਂ ਪੰਚ ਪ੍ਰਧਾਨੀ ਰਾਹੀਂ ਤਾਂ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕਾਂਗੇ। ਜੇ ਅਸੀਂ ਧੜਿਆਂ 'ਚ ਖੜ ਕੇ ਪਾਰਟੀਆਂ 'ਚ ਖੜ ਕੇ ਲਹਿਦਾ ਲਹਿਦਾ ਚੋਣ ਲੜੀ ਜਿਵੇਂ ਪਹਿਲਾਂ ਲੜਦੇ ਆਏ ਆ ਅਤੇ ਜਿਵੇਂ ਆਪਾਂ ਦੇਖਿਆ ਦਿੱਲੀ 'ਚ ਹੋਇਆ ਅਤੇ ਉਹਦੇ ਨਤੀਜੇ ਚੰਗੇ ਨਹੀਂ ਨਿਕਲਣੇ ਫਿਰ ਜੋ ਇਹਨਾਂ ਦੀ ਇੱਕ ਨਿਸ਼ਾਨਾ ਆ SGPC ਅਤੇ ਅਕਾਲ ਤਖ਼ਤ ਨੂੰ ਵੀ ਸਿੱਧੇ ਆਪਣੇ ਕੰਟਰੋਲ 'ਚ ਲੈ ਆਉਣਾ ਫਿਰ ਉੱਧਰ ਨੂੰ ਗੱਲ ਜਾਏਗੀ। ਇਸ ਕਰਕੇ ਸਾਡਾ ਇਹ ਸਾਰਿਆਂ ਦਾ ਫਰਜ਼ ਆ ਕਿ ਗੰਭੀਰ ਹੋਈਏ ਆਪਣੇ ਛੋਟੇ ਮੋਟੇ ਜੁੜੇ ਵਖਰੇਵੇਂ ਦੂਰ ਕਰੀਏ ਮਿਲੀਏ ਅਤੇ ਸਾਂਝੀ ਜੋ ਪੰਥਕ ਯੁਗਤ ਆ ਉਹਦੇ ਅਨੁਸਾਰ ਐਕਟ ਕਰੀਏ ਅਤੇ ਸਾਂਝੀ ਰਾਏ ਬਣਾਈਏ।